ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਉਮੀਦ ਕਰਨੀ ਆ ਸਭ ਠੀਕ ਠਾਕ ਹੋਵੋਗੇ, ਖੈਰੀਅਤ ਦੇ ਨਾਲ ਹੋਵੋਗੇ। ਅੱਜ ਬੜੀ ਜ਼ਬਰਦਸਤ ਵੀਡੀਓ ਵੇ, ਔਰ ਸ਼ਾਇਦ ਇਸ ਵੀਡੀਓ ਦੇ ਨਾਲ ਕੁਛ ਲੋਕਾਂ ਨੂੰ ਫਾਇਦਾ ਹੋ ਜਾਵੇ ਤਾਂ ਅੱਛੀ ਗੱਲ ਹੈ। ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਫਾਇਦਾ ਹੋਏ, ਕੋਈ ਨੁਕਸਾਨ ਨਾ ਹੋਏ। ਔਰ ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਅੱਜ ਕੱਲ੍ਹ ਕਿਸ ਤਰ੍ਹਾਂ ਦੇ ਹਾਲਾਤ ਹੋਏ ਦੇ ਨੇ, ਕੋਈ ਵੀ ਮਹਿਫੂਜ਼ ਨਹੀਂ ਹੈ ਜਿਹੜਾ ਲੁੱਟਿਆ ਨਾ ਗਿਆ ਹੋਏ। ਸਟਰੀਟ ਕ੍ਰਾਈਮਸ ਤੋਂ ਲੈ ਕੇ ਦੁਕਾਨਦਾਰ ਵੀ ਵਿਚਾਰੇ ਅਤੇ ਦੁਕਾਨ 'ਤੇ ਬੈਠੇ ਹੁੰਦੇ ਨੇ ਅਤੇ ਦੁਕਾਨ 'ਤੇ ਆ ਜਾਂਦੇ ਨੇ ਲੁੱਟਣ ਵਾਲੇ, ਚੀਜ਼ਾਂ ਖੋਹ ਲੈਂਦੇ ਨੇ, ਡਕੈਤੀ ਮਾਰਦੇ ਨੇ। ਔਰ ਸਟਰੀਟ ਕ੍ਰਾਈਮਸ ਉੱਤੇ ਕੋਈ ਰਾਹ ਚੱਲਦੇ, ਕੋਈ ਪਿੱਛਾ ਕਰਦੇ ਨੇ ਅਤੇ ਉੱਥੋਂ ਲੁੱਟ ਲੈਂਦੇ ਨੇ, ਬਾਈਕ ਛੀਨ ਲੈਂਦੇ ਨੇ, ਮੋਬਾਈਲ ਛੀਨ ਲੈਂਦੇ ਨੇ, ਅਤੇ ਅੱਲਾਹ ਤਾਲਾ ਰਹਿਮ ਕਰੇ, ਬਸ ਬੜੇ ਬੁਰੇ ਹਾਲਾਤ ਹੋਏ ਦੇ ਨੇ। ਅਸੀਂ ਸਮਝਦੇ ਸਿਰਫ ਬਾਹਰ ਨਿਕਲਾਂਗੇ ਅਤੇ ਸਾਡੇ ਨਾਲ ਇਹ ਸਾਰੇ ਵਾਕਿਆਤ ਹੋਣ ਦੇ ਅਤੇ ਅਸੀਂ ਘਰ ਮਹਿਫੂਜ਼ ਹਾਂ। ਔਰ ਅੱਜ ਕੱਲ੍ਹ ਤਾਂ ਘਰ ਵੀ ਬੰਦਾ ਮਹਿਫੂਜ਼ ਨਹੀਂ, ਆਪਣੇ ਘਰ ਦੇ ਕਮਰੇ ਦੇ ਵਿੱਚ ਬੈਠੇ ਹੋਏ, ਆਪਣੇ ਸਕੂਨ ਦੇ ਨਾਲ ਆਪਣੇ ਰੂਮ ਦੇ ਵਿੱਚ ਵੀ ਬੈਠੇ ਹੋਏ ਜਾਂ ਆਪਣੇ ਆਫਿਸ ਦੇ ਵਿੱਚ ਵੀ ਬੈਠੇ ਹੋਏ ਅਸੀਂ ਮਹਿਫੂਜ਼ ਨਹੀਂ ਹਾਂ। ਕਿਉਂਕਿ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਹਾਲਾਤ ਨੇ ਨਾ, ਬੈਂਕ ਫਰੋਡ, ਅੱਜ ਦਿਨ ਵੀਡੀਓ ਨਜ਼ਰਾਂ 'ਚ ਗੁਜ਼ਰਦੀ ਰਹਿੰਦੀ ਹੈ। ਔਰ ਕੁਝ ਦਿਨ ਪਹਿਲੇ ਵੀ ਮੇਰੀ ਨਜ਼ਰਾਂ 'ਚ ਇੱਕ ਵੀਡੀਓ ਗੁਜ਼ਰੀ ਸੀ ਅਤੇ ਮੈਂ ਉਸ ਵੀਡੀਓ ਨੂੰ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਤੁਹਾਡੇ ਨਾਲ ਇੱਥੇ ਮਤਲਬ ਸ਼ੇਅਰ ਕਰਾਂ, ਕਿਉਂਕਿ ਕਾਪੀਰਾਈਟ ਆ ਜਾਂਦਾ ਹੈ। ਲੇਕਿਨ ਤੁਹਾਨੂੰ ਵੀ ਪਤਾ ਹੀ ਹੋਏਗਾ, ਆਏ ਦਿਨ ਤੁਹਾਡੀ ਵੀ ਨਜ਼ਰਾਂ 'ਚ ਸਕਰੋਲ ਕਰਦੇ ਹੋਏ ਕੋਈ ਨਾ ਕੋਈ ਇਸ ਤਰ੍ਹਾਂ ਦੀ ਵੀਡੀਓ ਗੁਜ਼ਰਦੀ ਹੋਏਗੀ ਜਿਹਦੇ 'ਚ ਲੋਕ ਵਿਚਾਰੇ ਆਪਣਾ ਪਰੇਸ਼ਾਨੀਆਂ ਦੱਸਦੇ ਨੇ ਕਿ ਬੈਂਕ ਫਰੋਡ ਦੇ ਵਿੱਚ ਮੇਰੇ ਇੰਨੇ ਪੈਸੇ ਗਏ ਨੇ ਅਤੇ ਜਾਂ ਮੈਨੂੰ ਇਸ ਤਰ੍ਹਾਂ ਮੈਨੂੰ ਮਸਲਾ ਹੋਇਆ, ਮੈਨੂੰ ਇਸ ਤਰ੍ਹਾਂ ਲੁੱਟਿਆ ਗਿਆ ਹੈ। ਅਤੇ ਸਭ ਤੋਂ ਮੇਨ ਜੋ ਰੀਜ਼ਨ ਹੈ ਨਾ, ਮੈਂ ਕਾਫੀ ਵੀਡੀਓਜ਼ ਇਹੋ ਜਿਹੀਆਂ ਦੇਖੀਆਂ ਨੇ ਜਿਹਦੇ 'ਚ ਮੈਂ ਇਹੀ ਸਭ ਦਾ ਇਹ ਦੇਖਿਆ ਵੇ ਕਿ ਸਾਰੇ ਜਿਹੜੇ ਨੇ ਨਾ, ਪਤਾ ਕਿੱਥੋਂ ਦੀ ਜ਼ਿਆਦਾ ਇਹਨਾਂ ਦੇ ਬੈਂਕ ਫਰੋਡ ਦੇ ਵਿੱਚ ਇਹਨਾਂ ਦੇ ਨੁਕਸਾਨ ਹੁੰਦੇ ਨੇ। ਇਹ ਨਾ ਰੋਂਗ ਕਾਲ, ਜਿਸ ਤਰ੍ਹਾਂ ਅਨਨੋਨ ਨੰਬਰ ਕਹਿ ਲਓ, ਅਨਨੋਨ ਨੰਬਰ ਤੋਂ ਕਾਲ ਆਉਂਦੀ ਹੈ ਔਰ ਆਪਣਾ ਉੱਥੋਂ ਇਹ ਲੋਕ ਪਿੱਕ ਕਰ ਲੈਂਦੇ ਨੇ, ਠੀਕ ਹੈ। ਅਨਨੋਨ ਨੰਬਰ ਤੋਂ ਕਾਲ ਪਿੱਕ ਬਿਲਕੁਲ ਨਹੀਂ ਕਰਨੀ ਚਾਹੀਦੀ। ਇਹ ਅੱਜ ਦੀ ਮੇਰੀ ਅਹਿਮ ਗੱਲ ਇਹੀ ਹੈ ਕਿ ਅਨਨੋਨ ਨੰਬਰ ਤੋਂ ਜਿਹੜਾ ਨੰਬਰ ਹੁੰਦਾ ਹੈ, ਜਿਸ ਤਰ੍ਹਾਂ ਤੁਹਾਡੇ ਕਿੰਨੇ ਹੀ ਕੋਂਟੈਕਟਸ ਹੋਣ, 200, 300, 500, 1000 ਜਿੰਨੇ ਵੀ ਨੇ, ਉਹਨਾਂ ਸਭ ਦੇ ਤੁਹਾਡੇ ਨਾਮ ਦੇ ਨਾਲ ਸੇਫ ਨੇ। ਬਈ ਇਹ ਇਸ ਬੰਦੇ ਦਾ ਨਾਮ ਦੇ ਨਾਲ ਇਹ ਨੰਬਰ ਹੈ, ਇਸ ਦੁਕਾਨਦਾਰ ਦਾ ਜਾਂ ਮੇਰੇ ਇਸ ਰਿਸ਼ਤੇਦਾਰ ਦਾ ਜਾਂ ਮੇਰੇ ਇਸ ਭੈਣ ਭਰਾ ਦਾ, ਇਹ ਨਾਮ ਦੇ ਨਾਲ ਸੇਫ ਹੁੰਦਾ ਨਾ ਇਨਸਾਨ ਦਾ, ਲਾਜ਼ਮੀ ਗੱਲ ਹੈ, ਹਰ ਕੋਈ ਨੰਬਰ ਸੇਵ ਕਰਦਾ। ਔਰ ਜਦੋਂ ਅਲੱਗ ਤੋਂ ਸਿਰਫ ਨੰਬਰ ਤੋਂ ਕਾਲ ਆਏ, ਕੋਸ਼ਿਸ਼ ਕਰਿਆ ਕਰੋ ਉਹ ਨਾ ਪਿੱਕ ਕਰਿਆ ਕਰੋ। ਅਤੇ ਉਹੀ ਮੇਨ ਰੀਜ਼ਨ ਹੀ ਉਹੀ ਹੈ, ਕਿਉਂਕਿ ਜਿੰਨੀਆਂ ਵੀ ਤੁਸੀਂ ਵੀਡੀਓਜ਼ ਚੁੱਕ ਕੇ ਦੇਖ ਲਓ, ਸਾਰੇ ਇਹੀ ਕਹਿੰਦੇ ਨੇ ਮੈਨੂੰ ਫੋਨ ਆਇਆ, ਮੈਂ ਫੋਨ ਪਿੱਕ ਕੀਤਾ, ਉਹਨੇ ਮੈਨੂੰ ਇਸ ਤਰ੍ਹਾਂ ਮਤਲਬ ਮੇਰੇ ਕੋਲੋਂ ਇਨਫੋਰਮੇਸ਼ਨ ਪੁੱਛੀ ਅਤੇ ਮੈਂ ਪਹਿਲੇ ਤਾਂ ਨਹੀਂ ਦੱਸਿਆ, ਫਿਰ ਉਹਨੇ ਮੈਨੂੰ ਹਰ ਚੀਜ਼ ਮੇਰਾ ਸਹੀ ਮੇਰਾ ਨਾਮ ਦੱਸਿਆ, ਮੇਰਾ ਹਰ ਚੀਜ਼ ਸਹੀ ਦੱਸ ਰਿਹਾ ਸੀ। ਅਤੇ ਫਿਰ ਮੈਂ ਕਿਹਾ ਨਹੀਂ, ਇਹ ਝੂਠ ਨਹੀਂ ਹੋ ਸਕਦਾ, ਇਹ ਬੈਂਕ ਵਾਲਾ ਹੀ ਬੰਦਾ ਹੋਏਗਾ। ਅਤੇ ਇਹਦੇ ਨਾਲ ਨਾ ਫਿਰ ਤੁਸੀਂ ਸਾਰਾ ਕੁਝ ਉਹਨੂੰ ਸੱਚ ਦੱਸਦੇ ਜਾਂਦੇ ਹੋ। ਅੱਛਾ, ਉਸ ਬੰਦੇ ਦੀ ਵੀਡੀਓ ਸੀ, ਉਹ ਕਹਿੰਦਾ ਉਹ ਬੰਦਾ ਪਹਿਲੇ ਤਾਂ ਮੰਨਿਆ ਨਹੀਂ, ਉਹਨੇ ਬੜੇ ਮਤਲਬ ਜਿਹੜਾ ਫੋਨ ਦੇ ਉੱਤੇ ਹੋਏਗਾ ਉਹਦੇ, ਉਹਨੇ ਕਿਹਾ ਕਿ ਬਈ ਤੂੰ ਚੈੱਕ ਕਰ ਲੈ ਨੰਬਰ ਸਾਡੇ, ਅਸੀਂ ਬਿਲਕੁਲ ਮਤਲਬ ਫਰੋਡ ਨਹੀਂ ਹਾਂ, ਅਸੀਂ ਇਸ ਤਰ੍ਹਾਂ ਉਸ ਤਰ੍ਹਾਂ ਕਰਦੇ ਕਰਦੇ ਇਹ ਐਪ ਮੈਂ ਤੈਨੂੰ ਇੱਕ ਨੰਬਰ ਤੋਂ ਭੇਜਦਾ ਵਾਂ, ਆਪਣੇ ਨੰਬਰ ਤੋਂ ਭੇਜਦਾ ਵਾਂ, ਅਤੇ ਤੂੰ ਇਹਨੂੰ ਡਾਊਨਲੋਡ ਕਰ ਲੈ, ਇੱਥੇ ਆਪਣਾ ਪਾਸਵਰਡ ਵਗੈਰਾ ਚੀਜ਼ਾਂ ਸਾਰਾ ਪਾ ਦੇ। ਅੱਛਾ, ਉਹਨੇ ਜਦੋਂ ਸਾਰਾ ਦੇਖ ਲਿਆ ਕਿ ਬੰਦਾ ਫਰੋਡ ਨਹੀਂ ਹੈ ਅਤੇ ਉਹਨੇ ਕਿਹਾ ਠੀਕ ਹੈ ਸਹੀ ਹੋਏਗਾ। ਅੱਛਾ, ਉਹਨੇ ਜਦੋਂ ਫਿਰ ਉਹ ਐਪ ਡਾਊਨਲੋਡ ਕੀਤੀ ਹੋਰੇਗੀ ਵਿੱਚ ਪਾਸਵਰਡ ਚੀਜ਼, ਬੜੇ ਕਹਾਣੀ ਲੰਬੀ ਸੀ, ਸ਼ੋਰਟ ਦੱਸਦੀ ਹਾਂ। ਅਤੇ ਉਹਨੇ ਜਦੋਂ ਕੀਤਾ ਤਾਂ ਉਹ ਕਹਿੰਦਾ ਮੇਰਾ ਇੱਕਦਮ ਹੀ ਮੈਨੂੰ ਮੈਸੇਜ ਮੇਰੇ ਮੋਬਾਈਲ 'ਤੇ ਆਇਆ ਕਿ ਤੁਹਾਡਾ 2.5 ਲੱਖ ਰੁਪਇਆ ਬੈਂਕ 'ਚੋਂ ਕੱਟ ਕੀਤਾ ਹੈ, ਠੀਕ ਹੈ। ਉਹਦੇ ਅੱਕਾ ਬੱਕਾ ਰਹਿ ਗਿਆ। ਬਾਅਦ 'ਚ ਉਹਨੂੰ ਜਦੋਂ ਖਿਆਲ ਆਇਆ ਕਿ ਇਹ ਬੈਂਕ 'ਚੋਂ ਪੈਸੇ ਕੱਟ ਕੀਤੇ ਨੇ, ਅਤੇ ਉਹਦੇ ਬਾਅਦ ਵਿੱਚ ਉਹ ਬੈਂਕ ਗਿਆ ਵੇ, ਠੀਕ ਹੈ।
ਇਹੀ ਅਗਰ ਉਹ ਅਨਨੋਨ ਨੰਬਰ ਤੋਂ ਪਿੱਕ ਨਾ ਕਰਦਾ, ਠੀਕ ਹੈ, ਅਗਰ ਉਹਦਾ ਕਾਰੋਬਾਰ ਬਿਜ਼ਨਸ ਇਸ ਤਰੀਕੇ ਦਾ ਹੋਏਗਾ, ਕਈ ਲੋਕਾਂ ਦਾ ਇਹ ਸਵਾਲ ਹੋਏਗਾ ਕਿ ਜਿਨ੍ਹਾਂ ਦਾ ਬਿਜ਼ਨਸ ਹੀ ਫੋਨ ਨੰਬਰਸ ਦੇ ਉੱਤੇ ਹੁੰਦਾ, ਲਾਜ਼ਮੀ ਗੱਲ ਹੈ ਫੋਨ ਦੇ ਉੱਤੇ ਰਾਬਤੇ ਹੁੰਦੇ ਨੇ ਅਤੇ ਉਹ ਫੋਨ ਨੰਬਰ ਲਾਜ਼ਮੀ ਚੁੱਕਣਾ ਪੈਂਦਾ, ਠੀਕ ਹੈ, ਤੁਸੀਂ ਚੁੱਕੋ, ਕੋਸ਼ਿਸ਼ ਕਰੋ ਕਿ ਨੰਬਰ ਉਹਨੂੰ ਜਿਹਨੂੰ ਵੀ ਦੇ ਰਹੇ ਹੋ ਨਾ, ਤੁਸੀਂ ਇਹ ਕਹੋ ਕਿ ਆਪਣਾ ਉਹਦਾ ਉਸੇ ਵੇਲੇ ਲਓ, ਸੇਵ ਕਰ ਲਓ, ਪਤਾ ਹੈਗਾ ਇਹਨੇ ਕੀਤਾ। ਔਰ ਅਗਰ ਬਿਲਕੁਲ ਹੀ ਨੰਬਰ ਆਪਣਾ ਦੇ ਆਏ ਔਰ ਤੁਹਾਨੂੰ ਨਹੀਂ ਪਤਾ ਨਹੀਂ ਕਦੋਂ ਕਾਲ ਕਰਨੀ ਹੈ, ਅਤੇ ਤੁਸੀਂ ਇਹ ਸੁਣ ਪਿੱਕ ਅਗਰ ਕਰਦੇ ਹੋ, ਠੀਕ ਹੈ, ਅਗਰ ਪਿੱਕ ਕਰਦੇ ਹੋ ਤਾਂ ਤੁਸੀਂ ਉਹਦੀ ਸੁਣੋ ਕਹਿ ਕੀ ਰਿਹਾ, ਠੀਕ ਹੈ, ਉਹਦੀ ਸੁਣੋ ਔਰ ਪੂਰੀ ਇਨਫੋਰਮੇਸ਼ਨ ਉਹ ਮਤਲਬ ਬੋਲ ਰਹੇ ਨੂੰ ਬੋਲਣ ਦਿਉ, ਔਰ ਉਹਦੇ ਬਾਅਦ ਜਿਹੜਾ ਨਾ ਤੁਸੀਂ ਕਹੋ, ਠੀਕ ਹੈ, ਮੈਂ ਤੈਨੂੰ 5 ਮਿੰਟ ਬਾਅਦ ਕਰਨਾ, ਇਸ ਟਾਈਮ ਮੈਂ ਬਿਜ਼ੀ ਹਾਂ ਅਤੇ ਮੈਂ ਤੈਨੂੰ ਕਰਨਾ ਕਾਲ ਹੀ, ਮੈਨੂੰ ਤੂੰ 5 ਮਿੰਟ ਬਾਅਦ ਕਰੀ, ਠੀਕ ਹੈ। ਉਹਦੇ ਬਾਅਦ ਤੁਸੀਂ ਇਹ ਦੇਖੋ ਕਿ ਇਹ ਕਿਧਰੇ ਫਰੋਡ ਤਾਂ ਨਹੀਂ, ਇਹ ਮੇਰਾ ਨਾਮ ਵੀ ਹਰ ਚੀਜ਼ ਦੱਸ ਰਿਹਾ ਜਾਂ ਹਰ ਚੀਜ਼ ਬਿਲਕੁਲ ਸਹੀ ਇਨਫੋਰਮੇਸ਼ਨ ਦੱਸ ਰਿਹਾ, ਅਤੇ ਤੁਸੀਂ ਜਿਹੜਾ ਨਾ ਤੁਸੀਂ ਥੋੜ੍ਹਾ ਵਿਚਾਰੇ ਸਿੱਧੇ ਸਾਧੇ ਬੇਵਕੂਫ ਬਣ ਜਾਂਦੇ ਹੋ। ਤੁਸੀਂ ਫੌਰਨ ਕੋਸ਼ਿਸ਼ ਕਰਿਆ ਕਰੋ, ਥੋੜ੍ਹਾ ਟਾਈਮ ਦੇ ਬਾਅਦ ਆਪਣੇ ਬੈਂਕ ਚਲੇ ਜਾਇਆ ਕਰੋ, ਕਿਉਂਕਿ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਮੈਂ ਬਹੁਤ ਦੂਰ ਆਪਣੇ ਬੈਂਕ ਦੀ ਨਾ ਬ੍ਰਾਂਚ ਵਿੱਚ ਮੈਂ ਆਪਣਾ ਅਕਾਊਂਟ ਖੋਲ੍ਹਾਂ। ਸਾਰੇ ਚਾਹੁੰਦੇ ਨੇ ਬਿਲਕੁਲ ਨੀਅਰੈਸਟ ਜਿਹੜੀ ਬ੍ਰਾਂਚ ਹੋਏਗੀ ਨਾ ਬੈਂਕ ਦੀ, ਅਸੀਂ ਉਹਦੇ 'ਚ ਆਪਣਾ ਅਕਾਊਂਟ ਖੋਲ੍ਹੀਏ। ਜ਼ਿਆਦਾ ਤੋਂ ਜ਼ਿਆਦਾ 15-20 ਮਿੰਟ ਦਾ ਡਿਸਟੈਂਸ ਹੁੰਦਾ ਵੇ ਤੁਹਾਡੀ ਘਰ ਤੋਂ ਜਾਂ ਤੁਹਾਡੇ ਆਫਿਸ ਤੋਂ ਜਾਂ ਇਸ ਤਰੀਕੇ ਦਾ, ਅਤੇ ਤੁਸੀਂ ਇੱਕ 15-20 ਮਿੰਟ, ਚਲੋ ਅੱਧਾ ਘੰਟਾ ਲਾ ਲਓ, ਤੁਸੀਂ ਆਪਣੇ ਆਪ ਨੂੰ ਉਹ ਨਹੀਂ ਦੇ ਸਕਦੇ ਕਿ ਤੁਸੀਂ ਜਾ ਕੇ ਉੱਥੇ ਪੁੱਛੋ ਕਿ ਵੀ ਮੈਨੂੰ ਇਸ ਇਸ ਤਰੀਕੇ ਦਾ ਫੋਨ ਆਇਆ ਬੈਂਕ 'ਚੋਂ, ਕਹਿ ਰਿਹਾ ਵੇ ਬੰਦਾ ਕੋਈ ਬੈਂਕ 'ਚੋਂ, ਅਤੇ ਇਸ ਤਰ੍ਹਾਂ ਮੇਰੇ ਕੋਲ ਕਹਿ ਰਿਹਾ ਬਾਇਓਮੈਟ੍ਰਿਕ ਕਰਾਉਣੀ ਹੈ ਜਾਂ ਇਸ ਤਰ੍ਹਾਂ, ਤਾਂ ਠੀਕ ਹੈ। ਫਿਰ ਬੈਂਕ ਵਾਲੇ ਕਹਿੰਦੇ ਨੇ ਨਹੀਂ ਨਹੀਂ ਹਮਾਰੀ ਤਰਫ ਸੇ ਤਾਂ ਕਾਲ ਨਹੀਂ ਆਈ, ਆਪਣੇ ਅੱਛਾ ਕਿ ਹਮਸੇ ਪੁੱਛ ਲਿਆ, ਔਰ ਚੰਗਾ ਤੁਸੀਂ ਉਹਨੂੰ ਜਿਹੜਾ ਨਾ ਤੁਸੀਂ ਕੋਈ ਆਪਣੀ ਇਨਫੋਰਮੇਸ਼ਨ ਨਹੀਂ ਦਿੱਤੀ। ਇਹ ਸਿੰਪਲ ਜਿਹਾ ਇੱਕ ਕੰਮ ਹੈ, ਤੁਸੀਂ ਚਾਹੁੰਦੇ ਹੋ ਘਰ ਬੈਠੇ ਸਾਰੇ ਕੰਮ ਹੋ ਜਾਣ, ਅਤੇ ਫਿਰ ਏ ਸੀ 'ਚ ਬੈਠੇ ਹੋਈਏ, ਬੈੱਡ 'ਤੇ ਲੇਟੇ ਹੋਈਏ, ਸੋਫੇ 'ਤੇ ਬੈਠੇ ਹੋਈਏ, ਚਾਵਾਂ ਪੀਂਦੇ ਹੋਈਏ, ਸਾਡੇ ਬਸ ਫੋਨ ਦੇ 'ਤੇ ਕੰਮ ਹੋ ਜਾਣ, ਜਿਹੜਾ ਵੀ ਕੋਈ ਇਨਫੋਰਮੇਸ਼ਨ ਪੁੱਛ ਰਿਹਾ ਉਹਦੀ ਗੱਲ 'ਤੇ ਯਕੀਨ ਕਰਕੇ ਤੁਸੀਂ ਉਹਨੂੰ ਸਾਰਾ ਕੁਝ ਦਿੰਦੇ ਹੋ। ਤੁਸੀਂ ਥੋੜ੍ਹਾ ਬਹੁਤ ਹੱਲਾਸ਼ੇਰੀ ਕਰਿਆ ਕਰੋ, ਤੁਸੀਂ ਬਾਹਰ ਜਾਓ, ਤੁਸੀਂ ਆਪਣੇ ਬੈਂਕ 'ਚ ਜਾਓ, ਤੂੰ ਪਤਾ ਕਰੋ ਹਰ ਚੀਜ਼, ਘਰ ਬੈਠੇ ਤੁਸੀਂ ਲੁੱਟੇ ਜਾ ਰਹੇ ਹੋ ਤੁਹਾਡੀਆਂ ਗਲਤੀਆਂ ਨੇ। ਇਹ ਵੀ ਕੇਵਲ ਤਾਂ ਤੁਸੀਂ ਫੋਨ ਪਿੱਕ ਕਰਦੇ, ਉਹਦੇ ਬਾਅਦ ਤੁਸੀਂ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਹੋ। ਆਏ ਦਿਨ ਇਹ ਫੋਨ ਮੈਸੇਜ ਵੀ ਆਉਂਦੇ ਨੇ ਜੀਤੋ ਪਾਕਿਸਤਾਨ ਤੋਂ, ਤੁਸੀਂ ਇਹ ਜਿੱਤੇ, ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰੋ ਔਰ ਆਪਣੀ ਇਨਫੋਰਮੇਸ਼ਨ ਦਿਓ, ਤੁਹਾਨੂੰ ਘਰ ਬੈਠੇ ਹੀ ਨਾਮ ਮਿਲੇਗਾ। ਬਾਈ ਕਿਉਂ ਐਡੇ ਤਾਂ ਤੁਸੀਂ ਫਰਾਵਾਨੀ ਪੇ ਕਰਦੇ ਹੋ ਗਿਫਟ ਦੀ, ਜਿਹੜੀ ਨਾ ਕਿ ਘਰਾਂ 'ਚ ਜਾ ਕੇ ਇੰਨੇ ਹੀ ਤੁਹਾਨੂੰ ਬੜੀ ਉਹ ਹੋਈਦੀ ਹੈ ਕਿ ਤਰਸ ਆਉਂਦਾ ਪਿਆ ਲੋਕਾਂ ਨੂੰ ਕਿ ਘਰ ਬੈਠੇ ਜਿਹੜਾ ਲੋਕਾਂ ਨੂੰ ਗਿਫਟ ਪੇ ਦਿੰਦੇ ਹੋ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਚੀਜ਼ਾਂ ਦੇ ਉੱਤੇ ਬਿਲਕੁਲ ਅਮਲ ਨਾ ਕਰਿਆ ਕਰੋ। ਮੇਰੀ ਤਾਂ ਸ਼ੁਰੂ ਤੋਂ ਆਦਤ ਹੈ, ਮੈਨੂੰ ਕੋਈ ਕਲਪਦਾ ਕਰਦਾ ਮਰ ਜਾਏ, ਮੈਂ ਨਹੀਂ ਫੋਨ ਪਿੱਕ ਕਰਦੀ ਨੰਬਰ ਤੋਂ। ਔਰ 1, 2, 3, 4 ਵਾਰੀ ਆਉਂਦਾ ਨਾ, ਔਰ ਮੈਨੂੰ ਪਤਾ ਹੁੰਦਾ ਨੇ ਮੈਸੇਜ ਨਹੀਂ ਕੀਤਾ, ਕੌਣ ਹੈ ਕੌਣ ਨਹੀਂ ਮੈਂ ਨਹੀਂ ਜਾਣਦੀ, ਮੈਂ ਬਲੋਕ ਕਰ ਦਿੰਦੀ ਹਾਂ, ਲਿਸਟ ਭਰੀ ਪਈ ਹੈ ਮੇਰੀ ਬਲੋਕ ਦੇ ਨਾਲ। ਇੱਕ ਦਿਨ ਕੀ ਹੋਇਆ, ਮੈਂ ਤੁਹਾਨੂੰ ਬੜੇ ਮਜ਼ੇ ਦੀ ਗੱਲ ਦੱਸਦੀ ਹਾਂ। ਮੈਂ ਜਿਹਨਾਂ ਕੋਲ ਐਡੀਟਿੰਗ ਦਾ ਕੋਰਸ ਸਿੱਖਿਆ ਵੇ, ਵੀਡੀਓ ਐਡੀਟਿੰਗ ਦਾ ਨਾ, ਅਤੇ ਮੇਰੇ ਸਰ ਨੇ ਉਹਨਾਂ ਨੇ ਆਪਣੀ ਅੰਮੀ ਨੂੰ ਨੰਬਰ ਦਿੱਤਾ ਕਿ ਮੇਰੇ ਨਾਲ ਕੋਈ ਗੱਲ ਕਰਨੀ ਸੀ ਉਹਨਾਂ ਦੀ ਅੰਮੀ ਨੇ, ਅਤੇ ਨਾ ਮੈਨੂੰ ਫੋਨ ਵਾਰ ਵਾਰ ਕਰਨ ਅਤੇ ਮੈਂ ਚੁੱਕਾ ਹੀ ਨਾ। ਮੈਂ ਕਿਹਾ ਪਤਾ ਨਹੀਂ ਕੌਣ ਨੇ ਮੈਨੂੰ ਫੋਨ ਕਰੀ ਜਾ ਰਿਹਾ, ਅਤੇ ਮੈਂ ਨਾ ਇੱਕਦਮ ਬਲੋਕ ਕਰਨਾ ਹੀ ਚਾਹ ਰਹੀ ਸਾਂ, ਅਤੇ ਮੈਸੇਜ ਆਇਆ, ਕਹਿੰਦੇ ਨਹੀਂ ਮੈਂ ਉਜ਼ਮਾ, ਮੈਂ ਮਤਲਬ ਨਾਮ ਲੈ ਕੇ ਨਾ ਸਰ ਦਾ, ਕਿ ਮੈਂ ਉਹਨਾਂ ਦੀ ਅੰਮੀ ਗੱਲ ਕਰ ਰਹੀ ਹਾਂ, ਅਤੇ ਮੈਨੂੰ ਆਪਸੇ ਕਾਮ ਥਾ। ਮੈਂ ਕਿਹਾ ਓ ਸੋਰੀ, ਮੈਨੇ ਆਪਕੋ ਆਪ ਮੈਨੂੰ ਪਹਿਲੇ ਬਤਾ ਦਿੱਤੀ ਜਾਂ ਮੈਨੂੰ ਸਰ ਨੇ ਬਤਾਇਆ ਹੀ ਨਹੀਂ ਆਪਣੇ ਕਿ ਨੰਬਰ ਆਪਕੋ ਦਿਆ ਹੈ, ਆਪਣੇ ਮੁਝਸੇ ਬਾਤ ਕਰਨੀ ਹੈ। ਹਾਂ ਬਸ ਉਹ ਗਲਤੀ ਹੋ ਗਈ, ਉਸਨੇ ਬਤਾਇਆ ਨਹੀਂ, ਆਪ ਪਿੱਕ ਨਹੀਂ ਕਰ ਰਹੀ ਸੀ? ਮੈਨੇ ਕਿਹਾ ਨਹੀਂ, ਮੈਂ ਨੰਬਰ ਤੋਂ ਨਾ ਪਿੱਕ ਨਹੀਂ ਕਰਦੀ, ਅਤੇ ਆਪਨੇ ਅੱਛਾ ਕਿ ਮੈਸੇਜ ਕਰਦੀ ਹੈ, ਵਰਨਾ ਹੁਣੀ ਤੁਸੀਂ ਬਲੋਕ ਲਿਸਟ ਦੇ ਵਿੱਚ ਜਾ ਲੱਗੇ ਸੋ। ਅਤੇ ਕਹਿੰਦੀ ਸ਼ੁਕਰ ਹੈ ਮੈਂ ਬਚ ਗਈ। ਖੈਰ ਕੋਈ ਕੰਮ ਸੀ ਉਹਨਾਂ ਦਾ, ਅਤੇ ਉਹਨਾਂ ਦਾ ਫਿਰ ਮੈਂ ਮਤਲਬ ਕੋਈ ਕੰਮ ਕੀਤਾ, ਹੈਲਪ ਕੀਤੀ ਉਹਨਾਂ ਦੀ। ਅਤੇ ਇੱਕ ਵਾਰੀ ਪਤਾ ਕੀ ਹੋਇਆ,
ਮੇਰੇ ਭਰਾ ਨੂੰ ਹੀ ਇਸ ਲਈ ਉਹ ਬੈਂਕ ਫਰੋਡ ਤਾਂ ਨਹੀਂ ਸੀ, ਖੈਰ ਦੂਸਰਾ ਫਰੋਡ। ਮੈਂ ਤੁਹਾਨੂੰ ਕਿਹਾ ਨਾ, ਜਿਹੜਾ ਵੀ ਫਰੋਡ ਹੁੰਦਾ ਵੇ ਘਰ ਬੈਠਿਆਂ, ਕਿਉਂਕਿ ਬਾਹਰ ਜਾਂਦੇ ਹਾਂ ਤਾਂ ਦੁਕਾਨ 'ਤੇ ਹੈ ਅਤੇ ਉਹ ਤਾਂ ਹਿਸਾਬ ਹੀ ਅਲੱਗ ਨੇ। ਇੱਕ ਤਾਂ ਜਿਹੜਾ ਫੋਨ ਦੇ ਉੱਤੇ ਵੀ ਕਹਿੰਦੀ ਹਾਂ ਜਿਹੜੇ ਫਰੋਡ ਚੱਲਦੇ ਪਏ ਨੇ, ਉਹ ਕਾਲ ਚੁੱਕਣ ਦੇ ਨਾਲ ਹੀ ਹੁੰਦੇ ਨੇ। ਮੇਰਾ ਭਰਾ ਮਾਸ਼ਾਅੱਲਾ ਵਿਆਹ ਹੋਇਆ ਬੱਚਿਆਂ ਵਾਲਾ, ਸਮਝਦਾਰ, ਉਹਨਾਂ ਤੱਕਰ ਨੂੰ ਕਿਸੇ ਨੇ ਬੇਵਕੂਫ ਬਣਾ ਦਿੱਤਾ। ਇੱਕ ਦਿਨ ਕਾਲ ਆਈ ਉਹਨਾਂ ਨੂੰ, ਦੋ ਢਾਈ ਦੋ ਡੇਢ ਦੋ ਸਾਲ ਪੁਰਾਣੀ ਗੱਲ ਹੈ, ਕਹਿੰਦੇ ਨੇ ਆਪਣਾ ਇਨਾਮ ਨਿਕਲਾ ਹੈ, ਗਾੜੀ ਨਿਕਲੀ ਹੈ ਆਪਕੀ, ਤੋ ਆਪਣੇ ਨਾ ਇੱਕ ਦੁੱਧ ਕੋਈ ਟੈਟਰਾਪੈਕ ਦਾ ਦੁੱਧ ਹੁੰਦਾ ਨਾ, ਉਹਦਾ ਨਾਮ ਲੈ ਕੇ ਦੱਸ ਰਿਹਾ ਸੀ ਕਿ ਤੁਸੀਂ ਨਾ ਉਹਦਾ ਕੂਪਨ ਜਿਹੜਾ ਨਾ ਪਾਇਆ ਵੇ ਪਾਇਆ ਸੀ ਉਹਦੇ 'ਚ, ਅਤੇ ਤੁਸੀਂ ਤੁਹਾਡਾ ਇਨਾਮ ਨਿਕਲਿਆ। ਭਰਾ ਕਹਿੰਦਾ ਇਹ ਅੱਛਾ, ਮੈਂ ਸ਼ਾਇਦ ਪਾਇਆ ਹੋਏਗਾ, ਹਾਲਾਂਕਿ ਸਾਡੇ ਘਰ ਟੈਟਰਾਪੈਕ ਦੁੱਧ ਨਹੀਂ ਆਉਂਦਾ, ਇੰਨਾ ਵੀ ਨਹੀਂ ਧਿਆਨ ਗਿਆ। ਇਨਸਾਨ ਨੂੰ ਲਾਲਚ ਇੰਨਾ ਆ ਜਾਂਦਾ ਵੇ ਨਾ ਕਿਸੇ ਵੱਡੀ ਇਨਾਮ ਦਾ, ਗਿਫਟ ਦਾ, ਜਾਂ ਬਸ ਫਰੀ ਦੀ ਚੀਜ਼ ਦੇ ਵਿੱਚ, ਭਾਵੇਂ ਮੇਰਾ ਭਰਾ ਕਿਉਂ ਨਾ ਸੱਕਾ ਵੇ ਮੈਨੂੰ, ਭਾਵੇਂ ਜੋ ਵੀ ਕੋਈ ਗੈਰ ਵੀ ਹੈ, ਇਨਸਾਨ ਨੂੰ ਲਾਲਚ ਆ ਜਾਂਦਾ ਵੇ ਗਿਫਟ ਦਾ। ਅਤੇ ਉਹਨਾਂ ਨੇ ਨਾ ਆਪਣਾ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਮੇਰਾ ਇਨਾਮ ਨਿਕਲਿਆ ਘਰ 'ਚ ਗੱਲ ਪੇ ਕਰਨ ਨਾਲ, ਅਤੇ ਅਸੀਂ ਮੈਂ ਤਾਂ ਸਿੱਧਾ ਹੀ ਦੇਖਿਆ, ਮੈਂ ਕਿਹਾ ਫਰੋਡ ਹੈ, ਮੇਰਾ ਤਾਂ ਦਿਲ ਹੀ ਨਹੀਂ ਮੰਨਿਆ। ਮੈਂ ਕਿਹਾ ਤਾਂ ਫਰੋਡ ਹੈ, ਤਾਂ ਹੋ ਹੀ ਨਹੀਂ ਸਕਦਾ ਕਿ ਐਡੀ ਵੱਡੀ ਗੱਡੀ ਨਿਕਲੀ ਹੈ ਔਰ ਕੋਈ ਫੋਨ ਕਰ ਕਰਕੇ ਦੇਗਾ। ਮੈਂ ਤਾਂ ਅੱਜ ਤੱਕ ਨਹੀਂ ਸੁਣਿਆ ਕਿ ਕੋਈ ਇਨਾਮ ਇਸ ਤਰ੍ਹਾਂ ਕੋਈ ਦਿੰਦਾ ਵੇ, ਅਤੇ ਪਾਕਿਸਤਾਨ ਦੇ ਵਿੱਚ ਖਾਸ ਤੌਰ 'ਤੇ ਕਿ ਕੋਈ ਫੋਨ ਕਰ ਕਰਕੇ ਕਿ ਆ ਜਾਓ ਤੁਹਾਡਾ ਇਨਾਮ ਨਿਕਲਿਆ। ਅੱਛਾ, ਖੈਰ ਭਰਾ ਨੂੰ ਕਹਿੰਦੇ ਨੇ ਠੀਕ ਹੈ ਆਪਕੀ ਗਾੜੀ ਬਿਲਕੁਲ ਤਿਆਰ ਹੈ, ਔਰ ਬਸ ਉਹਨੂੰ ਜਿਹੜਾ ਨਾ ਕੁਝ ਪਤਾ ਨਹੀਂ ਕਿ ਪੈਕਿੰਗ ਕਰਨੀ ਹੈ ਕੀ ਕਰਨੀ ਹੈ, ਅਤੇ ਥੋੜ੍ਹਾ ਸਾਰਾ ਨਾ 20,000 ਰੁਪਈਆ ਤੁਸੀਂ ਨਾ ਸਾਡੇ ਇਸ ਨੰਬਰ ਦੇ 'ਤੇ ਨਾ ਜਾਇਜ਼ ਕੈਸ਼ ਕਰ ਦਿਓ ਜਾਂ ਹੋਰ ਅਕਾਊਂਟ ਦਿੱਤਾ ਕੀ ਦਿੱਤਾ। ਅਤੇ ਭਰਾ ਬੜਾ ਖੁਸ਼ੀ ਖੁਸ਼ੀ ਕਹਿੰਦਾ, ਉਹ ਜਨ 20,000, ਲੱਖਾਂ ਦੀ ਗੱਡੀ ਹੈ, 20,000 ਦਾ ਕੀ ਰਕਮ ਹੈ, ਅਤੇ ਇਹਦੇ ਨਾਲ ਮੇਰੇ ਨਾਮ ਦੀ ਗੱਡੀ ਨਿਕਲੀ, ਮਤਲਬ ਮੇਰੀ ਗੱਡੀ ਨਿਕਲੀ, ਆਖਰ ਲਾਜ਼ਮੀ ਗੱਲ ਨਿਕਲੀ ਹੋਏਗੀ। ਅੱਛਾ, ਅਤੇ ਉਹਨਾਂ ਨੇ 20,000 ਭੇਜ ਦਿੱਤਾ, 20,000 ਭੇਜ ਦਿੱਤਾ। ਅਤੇ ਉਹਦੇ ਬਾਅਦ ਨਾ ਇੱਕ ਦੋ ਦਿਨ ਬਾਅਦ ਜਾਂ ਹੋਰ ਸ਼ਾਇਦ ਥੋੜ੍ਹੀ ਦੇਰ ਬਾਅਦ ਦੂਸਰੇ ਦਿਨ ਫਿਰ ਆਇਆ ਫੋਨ, ਅਤੇ ਕਹਿੰਦੇ ਨੇ ਕਿ ਗੱਡੀ ਬਿਲਕੁਲ ਚੜ੍ਹਨ ਵਾਲੀ ਹੈ, ਟਰੱਕ 'ਤੇ ਚੜ੍ਹਾਉਣੀ ਹੈ ਅਤੇ ਪੈਸੇ ਲੱਗ ਰਹੇ ਨੇ, ਅਤੇ ਤੁਸੀਂ ਜਿਹੜਾ ਨਾ 50,000 ਹੋਰ ਭੇਜ ਦਿਓ ਤਾਂ ਗੱਡੀ ਤੁਹਾਡੇ ਘਰ ਦੇ ਕੋਲ ਉਤਰੇਗੀ, ਠੀਕ ਹੈ, ਤੁਹਾਨੂੰ ਲੈਣ ਵੀ ਨਹੀਂ ਆਉਣਾ ਪਏਗਾ। ਉਹ ਭਰਾ ਤਾਂ ਖੁਸ਼ ਛਾਲਾ ਮਾਰੇ ਪਏ, ਕਹਿੰਦੇ ਮੈਂ ਜੀ ਦੇਖੋ ਜਾਣਾ ਵੀ ਨਹੀਂ ਪਏਗਾ, ਘਰ 'ਚ ਆਏਗੀ ਗੱਡੀ ਹੈ। ਅੱਛਾ, ਅਤੇ 50,000 ਵੀ ਭੇਜ ਦਿੱਤਾ। ਅਤੇ ਉਹਦੇ ਬਾਅਦ ਅਸੀਂ ਜਦੋਂ ਕਿਹਾ ਕਿ ਫਰੋਡ ਹੈ, ਕੌਣ ਬੈਠੇ ਬਿਠਾਏ ਪੈਸੇ ਦੇਈ ਜਾ ਰਹੇ ਉਹਨਾਂ ਨੇ, ਅਗਰ ਇਨਾਮ ਨਿਕਲਿਆ ਤਾਂ ਭੇਜਣ ਭਾਜਣ ਦਾ ਸਾਰਾ ਸਿਸਟਮ ਹੀ ਉਹਨਾਂ ਦਾ ਹੁੰਦਾ, ਸਾਡੇ ਥੋੜ੍ਹੇ ਪੈਸੇ, ਜਿੱਦਾਂ ਜਿੱਦਾਂ ਇਨਾਮ ਨਿਕਲਦਾ ਉਹ ਥੋੜ੍ਹੇ ਪੈਸੇ ਖਰਚ ਕਰਦਾ ਕਿ ਦੋ ਸਾਡੇ ਪੈਸੇ ਤਾਂ ਖਰਚ 'ਤੇ ਆਵੇ, ਹੈ ਨਾ। ਅਤੇ ਭਰਾ ਅਸੀਂ ਫਿਰ ਨਾ ਇੰਤਜ਼ਾਰ ਕਰਦੇ ਰਹੇ ਕਿ ਗੱਡੀ, ਅਸੀਂ ਤਾਂ ਨਹੀਂ ਖੈਰ ਭਰਾ ਇੰਤਜ਼ਾਰ ਕਰਦੇ ਰਹੇ, ਸਾਨੂੰ ਤਾਂ ਪਤਾ ਸੀ ਫਰੋਡ ਹੈ। ਅਤੇ ਭਰਾ ਕਹਿੰਦਾ ਇੱਕ ਹਫ਼ਤਾ ਹੋਇਆ, 10 ਦਿਨ ਹੋਏ, ਅਤੇ ਅਸੀਂ ਮਜ਼ਾਕ ਪੜਾਈ, ਆਈ ਨਹੀਂ ਗੱਡੀ, ਆਈ ਨਹੀਂ, ਕਿ ਤੁਹਾਨੂੰ ਪਤਾ ਫਿਰ ਭੈਣ ਭਰਾ ਆਉਂਦੇ ਜਾਂਦੇ ਛੇੜਦੇ ਨੇ, ਗੱਡੀ ਨਹੀਂ ਆਈ ਅੱਜ, ਗੱਡੀ ਨਹੀਂ ਆਈ ਅੱਜ, 2 ਸਾਲ ਹੋ ਗਏ ਨੇ ਗੱਡੀ ਨਹੀਂ ਆਈ। ਉਹ ਪਤਾ ਲੱਗਾ ਫਰੋਡ ਸੀ। ਅਤੇ ਐਂ ਵੇਖ ਕੇ ਪਿੱਛੋਂ ਵਿੱਚੋਂ ਮੇਨ ਜੜ੍ਹ, ਜਿਹੜੀ ਮੇਨ ਜਿਹੜੀ ਵਜ੍ਹਾ ਹੈ ਨਾ, ਉਹ ਇਹੀ ਸੀ ਕਿ ਫੋਨ ਪਿੱਕ ਕੀਤਾ, ਅਤੇ ਫਿਰ ਫੋਨ ਪਿੱਕ ਕੀਤਾ, ਅਤੇ ਉਹਦੇ ਬਾਅਦ ਹੀ ਸਾਰਾ ਕੁਝ ਲੁੱਟਾ ਲੁੱਟਾ ਹੀ ਫੋਨ 'ਤੇ ਹੀ ਹੈ। ਅਤੇ ਮੇਰਾ ਇਹੀ ਅੱਜ ਦਾ ਪੈਗਾਮ ਹੈ ਤੁਹਾਡੇ ਸਾਰਿਆਂ ਦੇ ਨਾਲ ਕਿ ਕੋਸ਼ਿਸ਼ ਕਰਿਆ ਕਰੋ, ਬਿਲਕੁਲ ਕੋਸ਼ਿਸ਼ ਕਰਿਆ ਕਰੋ, ਫੋਨ ਨੰਬਰ ਤੋਂ ਫੋਨ ਆਏ ਨਾ, ਨੰਬਰ ਤੋਂ ਕਦੀ ਜ਼ਿੰਦਗੀ 'ਚ ਨਾ ਚੁੱਕੋ। ਮੈਂ ਨਹੀਂ ਚੁੱਕਦੀ, ਆਲੀਆ ਨਹੀਂ ਚੁੱਕਦੀ, ਮੈਂ ਘਰ 'ਚ ਹੋਰ ਵੀ ਸਭ ਨੂੰ ਮਨਾ ਕੀਤਾ ਹੋਇਆ ਕਿ ਨਾ ਚੁੱਕਿਆ ਕਰੋ, ਔਰ ਅਗਰ ਬਵਜਾ ਮਜਬੂਰੀ ਚੁੱਕਣਾ ਪੈ ਜਾਵੇ ਤਾਂ ਸਿਰਫ ਉਹਦੀ ਸੁਣੋ ਕੌਣ ਹੈ, ਠੀਕ ਹੈ। ਉਹਦੇ ਬਾਅਦ ਆਪਣੀ ਨਾ ਡਾਕਟਰੀਆਂ ਝਾੜਨ ਲੱਗ ਜਾਇਆ ਕਰੋ, ਸਾਇੰਸ ਨਾ ਆਪਣੀ ਝਾੜਨ ਲੱਗ ਜਾਇਆ ਕਰੋ, ਤੁਸੀਂ ਬੜੇ ਸਮਝਦਾਰ ਹੋ। ਜਿੰਨਾ ਵੀ ਕੋਈ ਸਮਝਦਾਰ ਹੋਏ ਨਾ, ਅਗਲਾ
ਅਗਲੇ ਤੋਂ ਸਮਝਦਾਰ ਨਹੀਂ ਹੋ ਸਕਦਾ, ਬੜੇ ਪੂਰਾ ਪੂਰਾ ਗੈਂਗ ਹੁੰਦਾ, ਪੂਰਾ ਉਹਨਾਂ ਦਾ ਇੱਕ ਤਰੀਕਾ ਹੁੰਦਾ ਔਰ ਕਿੱਥੋਂ ਕਾਲ ਕਰਨੀ ਹੈ, ਕੀ ਹਿਸਾਬ ਨਾਲ ਕਰਨਾ, ਕਿਸ ਤਰ੍ਹਾਂ ਕਰਨਾ। ਅਗਲੇ ਦਾ ਬੰਦੇ ਨੂੰ ਦਿਮਾਗ ਹੀ ਖਰਾਬ ਹੋ ਜਾਂਦਾ ਇਨਾਮ ਦੇਖ ਕੇ, ਲਾਲਚ ਦੇਖ ਕੇ, ਠੀਕ ਹੈ। ਅਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਨੰਬਰ ਤੋਂ ਕਾਲ ਹੀ ਨਾ ਚੁੱਕਿਆ ਕਰੋ, ਮੇਰਾ ਅੱਜ ਦਾ ਇਹੀ ਪੈਗਾਮ ਸੀ ਤੁਹਾਡੇ ਨਾਲ। ਅਤੇ ਠੀਕ ਹੈ, ਔਰ ਆਪਣਾ ਖਿਆਲ ਰੱਖੋ, ਔਰ ਅੱਲਾਹ ਤਾਲਾ ਸਾਨੂੰ ਇਹੋ ਜਿਹੇ ਫਰੋਡ ਵਾਲੇ ਲੋਕਾਂ ਕੋਲੋਂ, ਜੀਨਾ ਝਪਟੀ ਵਾਲੇ ਲੋਕਾਂ ਕੋਲੋਂ, ਇਹੋ ਜਿਹੇ ਬੁਰੇ ਲੋਕਾਂ ਕੋਲੋਂ ਅੱਲਾਹ ਤਾਲਾ ਸਾਨੂੰ ਮਹਿਫੂਜ਼ ਰੱਖੇ, ਸਾਡੀ ਜਾਨ ਮਾਲ ਦੀ ਹਿਫਾਜ਼ਤ ਅੱਲਾਹ ਤਾਲਾ ਫਰਮਾਇਆ, ਆਮੀਨ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਆਪਣੀ ਹਿਫਾਜ਼ਤ 'ਚ ਰੱਖਿਆ, ਆਮੀਨ। ਅਤੇ ਠੀਕ ਹੈ, ਮੈਨੂੰ ਆਪਣੀ ਦੁਆਵਾਂ 'ਚ ਜ਼ਰੂਰ ਯਾਦ ਰੱਖ ਲੈਣਾ। ਓਕੇ, ਅੱਲਾਹ ਹਾਫਿਜ਼।